ਕਾਰ ਸਵਾਰ ਮੀਡੀਆ ਕਰਮੀਆਂ ਤੇ ਚਲਾਈਆਂ ਗੋਲੀਆਂ, ਇੱਕ ਦੀ ਮੌਤ, ਇੱਕ ਸਖ਼ਤ ਜ਼ਖਮੀ। ਜ਼ਿਲ੍ਹਾ ਮੋਗਾ ਦੇ ਥਾਣਾ ਮਹਿਣਾ ਦੀ ਆਉਂਦ ਅੰਦਰ ਮੋਗਾ ਲੁਧਿਆਣਾ ਮੁੱਖ ਮਾਰਗ ਤੇ ਦੋ ਕਾਰ ਸਵਾਰ, ਜੋ ਕਿ ਪੱਤਰਕਾਰ ਦੱਸੇ ਜਾ ਰਹੇ ਹਨ, ਉਹਨਾਂ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ। ਇੱਕ ਦੀ ਹੋਈ ਮੌਤ, ਦੂਜਾ ਗੰਭੀਰ ਰੂਪ ਵਿੱਚ ਜ਼ਖਮੀ। ਇੱਕ ਡੈੱਡ ਬੋਡੀ ਹਰਬੰਸਰ ਸਿੰਘ ਹੋਮ ਕੋਟੀ ਸਿੱਖਾਂ ਵਿਖੇ ਪਹੁੰਚੀ ਹੈ, ਜੋ ਜੋਬਨਜੀਤ ਸਿੰਘ ਪੱਟੀ ਦੇ ਨੇੜੇ ਦੇ ਰਹਿਣ ਵਾਲੇ ਦੀ। ਇਹਦੇ ਉੱਤੇ ਕੁਝ ਗੋਲੀਆਂ ਦੇ ਇਹਦੇ ਨਾਲ ਦਾ ਇੱਕ ਹੋਰ ਜ਼ਖਮੀ ਜਿਹੜਾ ਉਹ ਡੀ ਐਮ ਸੀ ਜਿਹੜਾ ਪਰਚੇਸ ਸੀਗਾ ਉਹਨੂੰ ਡੀ ਐਮ ਸੀ ਦੇ ਵਿੱਚ ਭੇਜ ਦਿੱਤਾ। ਬਾਕੀ ਜਿਹੜੀ ਡਿਟੇਲ ਆ ਉਹਨਾਂ ਦਾ ਬਿਆਨ ਵਗੈਰਾ ਲਿਖ ਕੇ ਅਜੇ ਤੱਕ ਬਹੁਤ ਕਲੀਅਰ ਨਹੀਂ ਹੋਇਆ ਜ਼ਿਆਦਾ, ਅਤੇ ਵੈਸੇ ਲੁਧਿਆਣਾ ਮੋਗਾ ਰੋਡ ਦੀ ਆ। ਜ਼ਖਮੀ ਜੋ ਸੀਗਾ ਉਹ ਹੋਸ਼ ਹਵਾਸ ਸੀਗਾ, ਕੁਝ ਦੱਸਿਆ ਉਹਨਾਂ ਨੇ? ਨਹੀਂ, ਮੈਂ ਨਹੀਂ ਉਹਨੂੰ ਮਿਲਿਆ, ਉਹਨੂੰ ਡਰਾਫਟ ਕਰ ਦਿੱਤਾ ਗਿਆ। ਓਕੇ।